ਗਾਇਕੀ ਚ ਵੀ ਧੱਕਾ ਨਹੀਂ ਚੱਲਦਾ ਮਹਾਰਾਜ ਉਹ ਚ ਸੋਰੀ ਚੱਲਦੇ ਨੇ ਆ ਸਾਨੂੰ ਵੀ ਬਹੁਤ ਖੁਸ਼ ਆਉਂਦਾ ਅੱਜ ਕੱਲ੍ਹ ਕਈ ਸਟੇਜਾਂ ਤੇ ਦੇਖਦੇ ਹੋ ਜੀ ਇਹਨੂੰ ਸੁਰ ਨਹੀਂ ਲਾਉਣੇ ਆਉਂਦੇ ਇਹ ਕਹਿੰਦਾ ਜੀ ਗੈਂਗਲੈਂਡ ਬਣੇ ਆ ਜੇ ਬਣੇ ਆ ਇਸ ਤਾਂ ਹੀ ਕਰਾਂਗੇ ਜਿੰਨਾ ਧੱਕਾ ਚੱਲੂ ਚਲਾਵਾਂਗੇ ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਤੇ ਦੋਸਤ ਜੌਲ ਚਰਚਾ 'ਚ ਰਹਿਣਾ ਗੱਲ ਆਮ ਬਲੀਏ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਅਤੇ ਨਿਊਜ਼ ਬਣ ਜਾਂਦੀ ਆ ਜੀ ਜੱਟ ਸਿੱਧੂ ਮੂਸੇਵਾਲੇ ਦੀ ਜਿਵੇਂ ਸਿੱਧੂ ਮੂਸੇਵਾਲੇ ਨੇ ਲਾਈਵ ਸਟੇਜ ਦੌਰਾਨ ਕਿਹਾ ਸੀ ਕਿ ਜਿੰਨਾ ਧੱਕਾ ਚੱਲੂ ਅਸੀਂ ਚਲਾਵਾਂਗੇ ਅਤੇ ਇਸ ਗੱਲ ਦਾ ਹੀ ਜਵਾਬ ਦਿੱਤਾ ਮਾਸਟਰ ਸੀ ਨੇ ਲਾਈਵ ਸਟੇਜ 'ਤੇ ਅਤੇ ਕਿਹਾ ਸੁਰ ਚੱਲਦੇ ਨੇ ਧੱਕੇ ਨਹੀਂ ਅਤੇ ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ ਅਤੇ ਵੀਡੀਓ ਦੇਖਣ ਤੋਂ ਪਹਿਲਾਂ ਜਿਹਨਾਂ ਸਰੋਤਿਆਂ ਨੇ ਅਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕਨ 'ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰੇ ਤੋਂ ਪਹਿਲਾਂ ਮਿਲ ਸਕਣ ਕਰਾਂਗੇ ਜਿੰਨਾ ਧੱਕਾ ਚੱਲੂ ਚਲਾਵਾਂਗੇ ਧੱਕਾ ਤਾਂ ਇੱਥੇ ਕ੍ਰਿਸ਼ਨ ਜੀ ਮਹਾਰਾਜ ਦਾ ਨਹੀਂ ਚੱਲਿਆ ਉਹ ਵੀ ਮਾਂ ਨੇ ਸੁਧਾਰ ਹੀ ਦਿੱਤਾ ਤੇ ਗਾਇਕੀ 'ਚ ਵੀ ਧੱਕਾ ਨਹੀਂ ਚੱਲਦਾ ਮਹਾਰਾਜ ਉਹ 'ਚ ਸੋਰੀ ਚੱਲਦੇ ਨੇ ਅੱਜ ਦੇ ਕਲਾਕਾਰਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਇਹ ਪਤਾ ਕਿੱਥੋਂ ਧਿਆਈ ਉੱਠਦੀ ਹੈ ਕਿੱਥੋਂ ਖਤਮ ਹੁੰਦੀ ਹੈ ਕਿਹੜਾ ਤਾਲ ਕੀ ਹੁੰਦਾ ਕਿਹੜਾ ਸੁਰ ਕਿੱਥੇ ਹੁੰਦਾ ਕਿਹੜਾ ਰਾਗ ਕਦੋਂ ਗਾਇਆ ਜਾਂਦਾ ਧੱਕਾ ਨਹੀਂ ਚੱਲਦਾ ਬਈ ਹਰ ਥਾਂ 'ਤੇ ਇਹ ਸਿੱਖਣਾ ਪੈਂਦਾ ਸਿੱਖਣਾ ਪੈਂਦਾ ਜੇ ਗਾਣਾ ਦਿੱਤਾ ਤਾਂ ਗਾਉਂਦੇ ਹਾਂ ਜਿਹਨਾਂ ਕੋਲ ਮਟੀਰੀਅਲ ਹੀ 2 ਘੰਟੇ ਦਾ ਉਹ ਕੀ ਗਾਉਣਗੇ 10 ਮਿੰਟ ਦਾ ਧੱਕਾ ਵੱਜ ਜਾਂਦਾ ਕਦੋਂ ਕਿਹਾ ਮੈਨੂੰ ਗਾਉਣ ਆਉਂਦਾ ਮੈਂ ਤਾਂ ਕਹਿੰਦਾ ਆਉਂਦੀ ਨਹੀਂ ਮੈਂ ਕਿਹੜਾ ਅਕੈਡਮੀ ਤੋਂ ਸਰਟੀਫਿਕੇਟ ਲੈ ਕੇ ਆਇਆ ਵੀ ਇਹ ਤਾਂ ਮੁੰਦਰਾਂ ਦਾ ਕਲਾਕਾਰ ਹੀ ਹੈ ਜੀ ਇਹ ਤਾਂ ਸੁਣੇ ਲਾ ਸੀ ਇਸ ਤਾਂ ਆਪ ਕਹਿੰਦੇ ਟਾਈਮ ਪਾਸ ਕਰਦੇ ਫਿਰ ਉਸ ਮਹਾਮਾਈ ਦੀ ਦੇਣ ਦਾ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ ਆਹ ਗਲੇ ਤੇ ਆ ਕੇ ਕਦੋਂ ਸਰਸਵਤੀ ਮਾਂ ਬਹਿ ਜਾਵੇ ਕਦੋਂ ਤੁਹਾਡਾ ਗਲਾ ਹੀ ਬੰਦ ਕਰ ਦੇਵੇ ਉਹ ਇਹਦੀ ਵੀ ਕੋਈ ਪਤਾ ਨਹੀਂ ਲੱਗਦਾ ਇਹ ਸਭ ਉਹਦਾ ਕਰਮ ਹੈ ਗਾਈ ਜਾਂਦੇ ਹਾਂ ਵਜਾਈ ਜਾਂਦੇ ਹਾਂ ਉਹਦਾ ਕਰਮ ਹੈ ਉਹਦਾ ਕਰਮ ਹੈ ਉਹ ਚਾਹੁੰਦੀ ਹੈ ਤੇ ਗਾਉਂਦੇ ਹਾਂ ਵਰਨਾ ਅਸੀਂ ਧੱਕੇ ਨਾਲ ਥੋੜ੍ਹੀ ਕੋਈ ਗਾ ਸਕਦੇ ਹਾਂ